ਲੁਧਿਆਣਾ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ। ਪਿੰਡ ਗਿੱਲ ਦੇ ਰਾਧਾ ਸਵਾਮੀ ਸਤਸੰਗ ਘਰ ਵਿਖੇ ਵੱਡੀ ਗਿਣਤੀ ਵਿੱਚ ਪਹੁੰਚੇ ਡੇਰੇ ਦੇ ਪੈਰੋਕਾਰ। ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਆਉਣ ਦੀ ਉੱਡੀ ਸੀ ਅਫਵਾਹ। ਲੁਧਿਆਣਾ ਪੁਲਿਸ ਪ੍ਰਸ਼ਾਸਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਅੱਜ ਉਸ ਸਮੇਂ ਸਾਹਮਣੇ ਆਈ ਜਦ ਇੱਥੋਂ ਦੇ ਪਿੰਡ ਗਿੱਲ ਵਿਖੇ ਸਥਿਤ ਰਾਧਾ ਸਵਾਮੀ ਸਤਸੰਗ ਘਰ ਵਿਖੇ ਡੇਰਾ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਆਉਣ ਦੀ ਅਫਵਾਹ ਕਾਰਨ ਵੱਡੀ ਗਿਣਤੀ ਵਿੱਚ ਡੇਰੇ ਦੇ ਪੈਰੋਕਾਰ ਇਕੱਠਾ ਹੋਣਾ ਸ਼ੁਰੂ ਹੋ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਜ਼ਿਲ੍ਹੇ ਦੇ ਹਰ ਗਲੀ ਮੁਹੱਲੇ ਵਿੱਚ ਹਰ ਸੜਕ ਤੇ ਪ੍ਰਸ਼ਾਸਨ ਦੀ ਇੰਨੀ ਸਖਤਾਈ ਦੇ ਬਾਵਜੂਦ ਸੈਂਕੜਿਆਂ ਦੀ ਗਿਣਤੀ ਵਿੱਚ ਇਹ ਪੈਰੋਕਾਰ ਇੱਕ ਜਗ੍ਹਾ ਤੇ ਇਕੱਠੇ ਕਿਵੇਂ ਹੋ ਗਏ? ਇਸ ਸੰਬੰਧੀ ਜਦ ਡੇਰੇ ਦੇ ਪੈਰੋਕਾਰਾਂ ਨਾਲ ਅਤੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨਾਲ ਪ੍ਰਾਈਮ ਉਹਦੇ ਦੀ ਟੀਮ ਨੇ ਗੱਲਬਾਤ ਕਰਨੀ ਚਾਹੀ ਤਾਂ ਸਾਰੇ ਕੈਮਰੇ ਤੋਂ ਬਚਦੇ ਹੀ ਦਿਖਾਈ ਦਿੱਤੇ। ਪਿੰਡ ਦੇ ਸਰਪੰਚ ਨਾਲ ਜਦ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਕੁਝ ਸ਼ਰਾਰਤੀ ਅਨਸਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਆਉਣ ਦੀ ਅਫਵਾਹ ਉਡਾ ਦਿੰਦੇ ਹਨ, ਜਿਸ ਤੋਂ ਬਾਅਦ ਅਕਸਰ ਡੇਰੇ ਦੇ ਪੈਰੋਕਾਰ ਇਕੱਠਾ ਹੋਣਾ ਸ਼ੁਰੂ ਹੋ ਜਾਂਦੇ ਹਨ। ਸਰਪੰਚ ਸਾਹਿਬ, ਜਿਹੜਾ ਇਹ ਗੱਲਾਂ ਦੇ ਵਿੱਚ ਹੁਣ ਅਸੀਂ ਨਾ ਖਬਰ ਕਰਕੇ ਆਏ ਆ ਖਬਰ, ਤੁਹਾਡੇ ਪਿੰਡ ਦੇ ਵਿੱਚ ਸਤਸੰਗ ਘਰ ਆ, ਤੁਸੀਂ ਇੰਨੇ ਦਿਨ ਤੋਂ ਸਾਰਾ ਬੰਦ ਕੀਤਾ ਹੋਇਆ ਵਾ, ਸਾਰੇ ਰਸਤੇ ਬੰਦ ਕੀਤੇ ਹੋਏ ਨੇ। ਹਾਂਜੀ, ਤੇ ਇਹ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਲੋਕ ਅਸੀਂ ਪਹੁੰਚ ਕੇ ਦੇਖਿਆ ਜੀ, ਪਹੁੰਚੇ ਹੋਏ ਨੇ। ਅੱਛਾ ਜੀ, ਇਹਦੇ ਬਾਰੇ ਤੁਸੀਂ ਕੀ ਕਹਿਣਾ ਤੁਹਾਡਾ? ਇੱਥੇ ਜੀ ਸਾਡੇ ਇੱਕ ਬਿਆਸ ਵਾਲਿਆਂ ਦਾ ਡੇਰਾ ਵਾ ਜੀ, ਉੱਥੇ ਦੂਏ ਤੀਜੇ ਦਿਨ ਅਫਵਾਹ ਫੈਲਾ ਦਿੰਦੇ ਨੇ ਜੀ ਲੋਕ ਵੀ ਇੱਥੇ ਬਾਬਾ ਜੀ ਆ ਰਹੇ ਨੇ ਬਿਆਸ ਵਾਲੇ ਗੁਰਿੰਦਰ ਸਿੰਘ ਢਿੱਲੋਂ ਜੀ ਜੀ, ਉਸ ਕਰਕੇ ਆਸੇ ਪਾਸੇ ਜਿੱਥੋਂ ਜਿੱਥੋਂ ਮੈਸੇਜ ਲੱਗਦਾ ਜੀ ਉੱਥੋਂ ਲੋਕ ਇਕੱਠੇ ਹੋ ਜਾਂਦੇ ਨੇ। ਪਰ ਸਾਡਾ ਇਹਨਾਂ ਦਾ ਦੋ ਗੇਟ ਨੇ, ਇੱਕ ਇਹਨਾਂ ਦਾ ਪਿੰਡ ਵਾਲੇ ਪਾਸੇ ਅੰਦਰ ਗੇਟ ਆ ਜੀ ਜੀ, ਇੱਕ ਇਹਨਾਂ ਦਾ ਬਾਹਰ ਹਾਈਵੇ ਤੇ ਬਾਈਪਾਸ ਦੇ ਉੱਤੇ ਗੇਟ ਆ। ਅਸੀਂ ਪਿੰਡ ਵਾਲੇ ਗੇਟ ਚੋਂ ਕਿਸੇ ਨੂੰ ਨੀ ਵੜਨ ਦਿੰਦੇ ਹੈਗੇ। ਜਦੋਂ ਇਹਨਾਂ ਦੀ ਸੰਗਤ ਇਕੱਠੀ ਆਉਂਦੀ ਆ ਤਾਂ ਸਾਨੂੰ ਬੜੀ ਪ੍ਰੋਬਲਮ ਆਉਂਦੀ ਆ, ਕਿਉਂਕਿ ਕਰਫਿਊ ਲਾਉਣ ਦੀ ਤਾਂ ਫਿਰ ਚੀਜ਼ ਰਹਿੰਦੀ ਨੀ ਹੈਗੀ। ਜਦੋਂ ਇਹ ਪਰਲੇ ਗੇਟ ਅੰਦਰ ਵੜ ਜਾਂਦੇ ਨੇ ਫਿਰ ਵਾਪਸੀ ਜਦੋਂ ਕਰਦੇ ਨੇ ਅੰਦਰ ਦੀ ਜਾਂਦੇ ਨੇ, ਉਹਨਾਂ ਨੂੰ ਅਸੀਂ ਜਾਣ ਨੀ ਦਿੰਦੇ ਹੈਗੇ। ਇਸ ਕਰਕੇ ਜੀ ਅਸੀਂ ਤਾਂ ਪੂਰੀ ਆਪਦੇ ਕੋਲੋਂ ਨਿਗਰਾਨੀ ਰੱਖੀ ਹੋਈ ਆ, ਪਰ ਮਾੜੀ ਗੱਲ ਆ ਵੀ ਕਰਫਿਊ ਲੱਗੇ ਵਿੱਚ ਇੰਨੀ ਲੋਕ ਗਿਣਤੀ ਚ ਇਕੱਠੇ ਹੋ ਰਹੇ ਨੇ, ਪ੍ਰਸ਼ਾਸਨ ਧਿਆਨ ਦੇਵੇ ਤੇ। ਅਸੀਂ ਤਾਂ ਨਾ ਦੋ ਦਿਨ ਪਹਿਲਾਂ ਤੁਹਾਡੀ ਇੱਕ ਪਿੰਡ ਦੀ ਖਬਰ ਇਸ ਕਰਕੇ ਕਵਰਿੰਗ ਕਰਕੇ ਲਾਈ ਸੀ ਜੀ ਕਿ ਸਾਰਾ ਪਿੰਡ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਬਚਾਇਆ ਹੋਇਆ ਵਾ। ਹਾਂਜੀ, ਪਰ ਜੇ ਇਸ ਤਰ੍ਹਾਂ ਲੋਕ ਅਸੀਂ ਹੁਣ ਦੇਖ ਕੇ ਆਏ ਜੀ, ਉੱਥੋਂ ਜਦੋਂ ਪੁਲਿਸ ਨੇ ਥੋੜੀ ਸਖਤੀ ਕੀਤੀ ਤਾਂ ਲੋਕ ਪਿੰਡ ਵਾਲੇ ਘਰਾਂ ਦੇ ਵਿੱਚ ਵੜ ਰਹੇ ਨੇ ਜੀ, ਤੇ ਇਹ ਬਿਮਾਰੀ ਕਿਤੇ ਆਪਣੇ ਤੁਹਾਡੇ ਪਿੰਡ ਵਿੱਚ ਨਾ ਨਹੀਂ ਇਸ ਤਰੀਕੇ ਨਾਲ ਵਰ ਜੂਗੀ ਜੀ। ਭਾਜੀ ਅੱਜ ਹੁਣ ਮੈਂ ਵਾਰਨਿੰਗ ਦੇ ਦਿੰਦਾ ਜੀ ਇਹਨਾਂ ਨੂੰ ਬਿਆਸ ਡੇਰੇ ਵਾਲਿਆਂ ਨੂੰ, ਅੱਜ ਤੋਂ ਬਾਅਦ ਤੁਹਾਡਾ ਕੋਈ ਬੰਦਾ ਆਇਆ ਵਾ ਅਸੀਂ ਕਾਨੂੰਨੀ ਕਾਰਵਾਈ ਕਰਵਾ ਦੇਣੀ ਆ। ਜਿਹੜੇ ਅੰਦਰ ਸੇਵਾ ਕਰਦੇ ਨੇ ਉਹ ਸੇਵਾ ਕਰੀ ਜਾਣ, ਜਿਹੜੇ ਉਹ ਬੰਦੇ ਉਹਨਾਂ ਦੇ ਰਾਸ਼ਨ ਬਣਾਉਂਦੇ ਨੇ, 100 ਬੰਦਾ ਆਉਂਦਾ ਡੇਲੀ ਦਾ, ਉਹ ਬਾਹਰਲੇ ਗੇਟ ਹੀ ਆਉਂਦਾ, ਬਾਹਰਲੇ ਗੇਟ ਹੀ ਵਾਪਸ ਹੋ ਜਾਂਦਾ। ਜੀ ਜੀ ਬਿਲਕੁਲ, ਸਾਡੇ ਪਿੰਡ ਦੇ ਵਿੱਚ ਅਸੀਂ ਸਾਡੇ ਐਂਟਰ ਨਾ ਹੋਣ ਉਹ, ਐਸਾ ਇਹਨਾਂ ਨੂੰ ਮੈਂ ਵਾਰਨਿੰਗ ਦੇ ਦਿੰਦਾ ਜੀ। ਤੁਸੀਂ ਕੋਈ ਪ੍ਰਸ਼ਾਸਨ ਨੂੰ ਕੀਤੀ ਜੀ ਕੋਈ ਜਾਣਕਾਰੀ ਦਿੱਤੀ ਸੀ ਇਹਦੇ ਬਾਰੇ? ਮੈਂ ਕਾਲ ਕਰਤੀ ਸੀਗੀ ਜੀ ਇੰਚਾਰਜ ਸਾਹਿਬ ਨੂੰ ਜੀ, ਉਹ ਸ਼ਾਇਦ ਮੌਕੇ ਤੇ ਪਹੁੰਚ ਵੀ ਗਏ ਹੋਣਗੇ, ਮੈਨੂੰ ਇਹਦੇ ਬਾਰੇ ਨਹੀਂ ਪਤਾ ਕਿਉਂਕਿ ਪੁਲਿਸ ਦਾ ਕਾਫੀ ਫੋਰਸ ਪਹੁੰਚੀ ਹੋਈ ਆ ਜੀ। ਹਾਂਜੀ ਹਾਂਜੀ, ਮੈਂ ਉਹਨਾਂ ਨੂੰ ਜਾਣਕਾਰੀ ਆਪਦੇ ਕੋਲ ਦੇ ਦਿੱਤੀ ਸੀਗੀ ਜੀ, ਮੇਰਾ ਫਰਜ਼ ਆ ਜੀ ਜੇ ਕੋਈ ਵੀ ਗੱਲ ਹੁੰਦੀ ਆ ਪਿੰਡ ਦੇ ਸੰਬੰਧ ਚ ਮੈਂ ਉਹਨਾਂ ਨੂੰ ਜਾਣਕਾਰੀ ਦਿੰਦਾ ਪ੍ਰਸ਼ਾਸਨ ਦੇ ਨਾਲ ਮੈਂ ਜੁੜਿਆ ਹੋਇਆ। ਠੀਕ ਆ ਸਰ, ਧੰਨਵਾਦ ਜੀ, ਧੰਨਵਾਦ। ਥੈਂਕ ਯੂ। ਲੁਧਿਆਣਾ ਤੋਂ ਤਰਲੋਚਨ ਸਿੰਘ ਦੀ ਰਿਪੋਰਟ।